ਦੋਸਤੋ ਸਾਡਾ ਜਿਹੜਾ ਦੇਸ਼ ਹੈ ਇਹ ਇੱਕ ਡੈਮੋਕ੍ਰੈਟਿਕ ਕੰਟਰੀ ਹੈਗੀ ਹੈ ਲੋਕਤੰਤਰਿਕ ਦੇਸ਼ ਹੈਗਾ ਜਿੱਥੇ ਲੋਕਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀ ਵੋਟ ਦੇ ਰਾਹੀਂ ਆਪਣੇ ਨਮਾਇੰਦੇ ਨੂੰ ਚੁਣ ਸਕਦੇ ਆ ਤਾਂ ਕਿ ਆਪਣੇ ਹਲਕੇ ਦਾ ਆਪਣੇ ਇਲਾਕੇ ਦਾ ਵਿਕਾਸ ਕਰਵਾਉਣ ਜਾਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਵਾ ਸਕਣ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਸੰਵਿਧਾਨਿਕ ਤਾਕਤ ਨੂੰ ਦੀ ਦਰਬਾਰ ਤੋਂ ਕਰਕੇ ਜਾਂ ਉਹਦੀ ਅਣਦੇਖੀ ਕਰਕੇ ਕੁਝ ਲੋਕ ਆਪਣੇ ਸਿਆਸੀ ਆਕਾਮਾਂ ਦੇ ਸ਼ਹਿਰ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਰਕਿਨਾਰ ਕਰਕੇ ਜਿਹੜਾ ਹੈਗਾ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਆ ਤੇ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਹੈਗਾ ਉਹਨੂੰ ਸਹੀ ਜਗ੍ਹਾ ਤੇ ਨਹੀਂ ਵਰਤਦੇ ਅਜਾ ਦੇਖਣ ਨੂੰ ਮਿਲ ਰਿਹਾ ਹੈਗਾ ਗੋਨਿਆਣਾ ਮੰਡੀ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਆ ਉੱਥੇ ਜਿਹੜਾ ਮਸਲਾ ਹੈਗਾ ਕਿ ਲੋਕਾਂ ਦੇ ਚੁਣੇ ਹੋਏ ਜਿਹੜੇ ਐਮਸੀ ਹੈ ਉਹ ਹੁਣ ਬਹੁਤ ਪਰੇਸ਼ਾਨ ਨੇ ਉਹਨਾਂ ਦੀ ਪਰੇਸ਼ਾਨੀ ਦਾ ਕੀ ਕਾਰਨ ਹੈ ਉਹ ਆਪ ਜਾਣਦੇ ਆ ਸਾਡੇ ਨਾਲ ਮਨੋਜ ਦੁੱਗਲ ਜੀ ਨੇ ਜੋ ਐਮਸੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਐਮਸੀ ਸਾਹਿਬ ਕੀ ਮਸਲਾ ਹੈਗਾ ਕੀ ਗੱਲਬਾਤ ਸਭ ਤੋਂ ਪਹਿਲਾਂ ਸਮੂਹ ਡੀ ਨਿਊਜ਼ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਜੋ ਵੀ ਇਸ ਵੀਡੀਓ ਨੂੰ ਦੇਖੇਗਾ ਤੇ ਲਾਈਕ ਕਰੇਗਾ ਤੇ ਸ਼ੇਅਰ ਕਰੇਗਾ ਸ਼ੇਅਰ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹ ਜੋ ਮੁੱਦੇ ਨੇ ਲੋਕਾਂ ਦੇ ਹਿੱਤ ਲਈ ਤੇ ਸਾਡੀ ਮੰਡੀ ਦੇ ਸਾਂਝੇ ਮੁੱਦੇ ਨੇ ਜੋ ਮੈਂ ਅੱਜ ਜਨਤਕ ਹੋ ਕੇ ਬਿਆਨ ਕਰ ਰਿਹਾ ਸੀ ਸਾਹਿਬਾਨ ਤੁਹਾਡੇ ਨਾਲ ਬੈਠੇ ਆ ਥੋੜਾ ਜਿਹਾ ਇਹਨਾਂ ਦੀ ਜਾਣ ਪਛਾਣ ਕਰਵਾਉਗੇ। ਬਈ ਜੀ ਰਮੇਸ਼ ਕੁਮਾਰ ਮੱਟੂ ਜੀ। ਜੀ। ਇਹ ਵੈਸੇ ਤਾਂ ਅਕਾਲੀ ਦਲ ਨਾਲ ਅਟੈਚ ਹੈਗੇ ਆ। ਇਹਨਾਂ ਦੀ ਵਾਈਫ ਕਾਉਂਸਲਰ ਹੈਗੇ ਆ ਮੰਜੂ ਜੈਨ। ਹੂੰ ਹੂੰ। ਇਹ ਸਾਡੇ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲੇ ਜੀ। ਜੀ। ਇਹ ਪਹਿਲਾਂ ਮਾਰਕੀਟ ਕਮੇਟੀ ਮੈਂਬਰ ਵੀ ਰਹੇ ਨੇ। ਠੀਕ ਹੈ ਜੀ। ਤੇ ਇਹ ਕਾਉਂਸਲਰ ਹੈਗੇ ਆ ਸਿੰਬਲ ਤੇ ਜਿੱਤੇ ਹੈਗੇ ਆ ਪੰਜੇ ਦੇ ਨਿਸ਼ਾਨ ਤੇ। ਨਹੀਂ ਇਹ ਨਹੀਂ ਇਹਨਾਂ ਦੀ ਵਾਈਫ ਕਾਉਂਸਲਰ ਹੈਗੀ ਆ ਆਪਣੇ ਮੋਨਿਕਾ। ਜੀ। ਠੀਕ ਹੈ ਜੀ। ਸਾਡੇ ਕਸ਼ਮੀਰੀ ਲਾਲ ਜੀ ਇਹਨਾਂ ਦੀ ਵਾਈਫ ਪਿਛਲੀ ਵਾਰ ਵੀ ਕਾਉਂਸਲਰ ਸੀ ਤੇ ਇਸ ਵਾਰ ਇਹ ਖੁਦ ਕਾਉਂਸਲਰ ਨੇ ਤੇ ਸਾਡੇ ਰਕੇਸ਼ ਕੁਮਾਰ ਰੋਮਾ ਜੀ ਇਹ ਪਹਿਲਾ ਕਾਉਂਸਲਰ ਹੈ ਜੀ ਤੇ ਹੁਣ ਪ੍ਰਧਾਨ ਹੈਗੇ ਸੈਲਰ ਇੰਸਟੀਚੂਸ਼ਨ ਦੇ ਤੇ ਇਹਨਾਂ ਦੀ ਵਾਈਸ ਵੀ ਕਾਉਂਸਲਰ ਹੈਗੇ ਆ ਜੀ ਅ ਕੀ ਨਾ ਸੀ ਪਵਿੱਗਾ ਸੁਪਨਾ ਸੁਪਨਾ ਜੀ ਸੁਪਨਾ ਜੀ ਹੈਗੇ ਜੀ ਤੇ ਸਾਡੇ ਜਲੰਦਰ ਸਿੰਘ ਜੀ ਬੈਠੇ ਹੈਗੇ ਟਰੈਕਟਰ ਦੇ ਨਿਸ਼ਾਨ ਤੇ ਜਿੱਤੇ ਸੀ ਪਰ ਸੀ ਕਾਂਗਰਸੀ ਇਹ ਅੱਛਾ ਤੇ ਇਹ ਵੀ ਕਾਉਂਸਲਰ ਹੈਗੇ ਠੀਕ ਹੈ ਜੀ ਇਹ ਕਾਨਫਰੰਸ ਸਾਡੀ ਜੰਗੀ ਪੱਦਰ ਤੇ ਪਹਿਲਾ ਜੋ ਸਾਡਾ ਸਮ ਆ ਸਥਾਨ ਸੀਗਾ ਉਹ ਮਹਾਰਾਜਾ ਅਗਰਸੈਨ ਚੌਕ ਸੀਗਾ ਜੀ ਫਿਰ ਅਸੀਂ ਕਿਹਾ ਵੀ ਮੋਨ ਢਿੰਗੜੇ ਨੂੰ ਅਸੀਂ ਪੂਰਾ ਵਕਤ ਦਈਏ ਕੱਲ ਨੂੰ ਇਹ ਨਾ ਕਵੇ ਵੀ ਮੈਨੂੰ ਡਾਟਾ ਇਕੱਠਾ ਕਰਨ ਦਾ ਵਕਤ ਨਹੀਂ ਦਿੱਤਾ ਅੱਜ ਸਿਰਫ ਤੇ ਸਿਰਫ ਮੈਂ ਜੋ ਤਕੇ ਨਾਲ ਪ੍ਰਧਾਨ ਬਣਿਆ ਸੀ ਮੋਨ ਢਿੰਗੜਾ ਉਹਦੀ ਮੈਂ ਸਿਰਫ ਚਾਰ ਸਵਾਲਾਂ ਦੇ ਜਵਾਬ ਲੈਣੇ ਆ ਜੀ ਨਾਲ ਹੀ ਮੈਂ ਦੇਖੋ ਝੂੜਦਾ ਤਾਂ ਪਲਿੰਦਾ ਹੈਗਾ ਮੈਂ ਉਹਨੂੰ ਕਹਿੰਦਾ ਵੀ ਉਹ ਆਪਦੇ ਬੇਟੇ ਨੂੰ ਲੈ ਕੇ ਮਹਾਰਾਜਾ ਅਗਰਸੈਨ ਚੌਂਕ ਦੇ ਵਿੱਚ 5 ਤਰੀਕ ਨੂੰ ਮੈਂ ਸਮਾਂ ਡਿਸਾਈਡ ਕਰਕੇ ਅਸੀਂ ਸੱਤੇ ਦੇ ਸੱਤੇ ਸਾਰੇ ਗਰੁੱਪਾਂ 'ਚ ਪਾਵਾਂਗੇ ਸਾਡੇ ਪੱਤਰਕਾਰ ਭਰਾਵਾਂ ਨੂੰ ਵੀ ਦੱਸਿਆ ਜਾਊਗਾ ਜੀ ਐਮਐਲਏ ਸਾਹਿਬ ਦੀ ਮੌਜੂਦਗੀ ਵਿੱਚ ਮੈਂ ਪ੍ਰਧਾਨ ਤੋਂ ਚਾਰ ਸਵਾਲ ਪੁੱਛਣੇ ਆ ਸਵਾਲ ਨੰਬਰ 1 ਜੋ ਉਹਨੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਸਿਰਫ ਗੁਰੂ ਰਵੀਦਾਸ ਮਹਾਰਾਜ ਨਹੀਂ ਇੱਕ ਕੌਮ ਦੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਹੈ ਜੀ ਦੂਜਾ ਜੋ ਅਗਰਵਾਲ ਸਮਾਜ ਹੈਗਾ ਮਹਾਰਾਜਾ ਅਗਰਸੈਨ ਉਹਨਾਂ ਦੇ ਨਾਂ ਤੇ ਰਾਜਨੀਤੀ ਕੀਤੀ ਗਈ ਹੈ ਉਹਦਾ ਸਵਾਲ ਉਹਦੇ ਜਵਾਬ ਸਾਨੂੰ ਚਾਹੀਦੇ ਆ ਇੱਕ ਸਾਲ ਦੇ ਵਿੱਚ ਲਗਭਗ ਮਾਰਚ ਅਪ੍ਰੈਲ ਤੋਂ ਲੈ ਕੇ ਆ ਫਰਵਰੀ ਤੱਕ 8 ਕਰੋੜ ਰੁਪਇਆ ਸਾਡੇ ਵਿਧਾਇਕ ਸਾਹਿਬ ਲੈ ਕੇ ਆਏ ਜੀ ਉਹ 8 ਕਰੋੜ ਦਾ ਸਾਨੂੰ ਹਿਸਾਬ ਚਾਹੀਦਾ ਜੋ ਟੈਂਡਰ 75 ਲੱਖ ਤੋਂ ਰਵਾਈਜ਼ ਕਰਕੇ 1 ਕਰੋੜ 10 ਲੱਖ ਦੇ ਕੀਤੇ ਗਏ ਆ ਉਹਦਾ ਹਿਸਾਬ ਚਾਹੀਦਾ 2 ਧਾਰਾ 35 ਦੀ ਦੂਰਵਰਤੋਂ ਕਰਕੇ 8 8 ਲੱਖ ਰੁਪਏ ਦੇ ਸਿਰਫ ਲਾਈਟਾਂ ਦੇ ਲਈ ਆ ਆਪਦੀ ਪਾਵਰ ਦੀ ਦੂਰਵਰਤੋਂ ਕੀਤੀ ਗਈ ਆ ਉਹਦਾ ਹਿਸਾਬ ਚਾਹੀਦਾ ਮੰਡੀ ਦੇ ਵਿੱਚ ਵੈਲ ਕੁਆਲੀਫਾਈਡ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਲਗਭਗ ਟੋਟਲੀ ਮੰਡੀ ਬੀਰੋਜगार ਫਿਰਦੀ ਆ ਪਰ ਨਗਰ ਕਾਉਂਸਲ ਦੇ ਵਿੱਚ ਬਹੁਮਤ ਨਾ ਹੋਣ ਕਰਕੇ ਆਪ ਦੇ ਕਾਉਂਸਲਰਾਂ ਨੂੰ ਨਿੱਜੀ ਲਾਹਾ ਦਿੱਤਾ ਉਹਨਾਂ ਦੇ ਬਲੱਡ ਰਿਲੇਸ਼ਨ 'ਚ ਉਹਨਾਂ ਦੇ ਬੱਚਿਆਂ ਨੂੰ ਬਲੱਡ ਰਿਲੇਸ਼ਨ 'ਚ ਬੱਚਿਆਂ ਨੂੰ ਬੇਟੇ ਨੂੰ ਬੇਟੀਆਂ ਨੂੰ ਰੱਖਿਆ ਗਿਆ ਉਹਦਾ ਹਿਸਾਬ ਚਾਹੀਦਾ ਮੋਹਨ ਢਿੰਗੜਾ ਐਮਐਲਏ ਨਾਲ ਆਵੇ ਤਾਂ ਕਿ ਐਮਐਲਏ ਨੂੰ ਵੀ ਪਤਾ ਲੱਗੇ ਵੀ ਜੋ ਮੇਰੇ ਦੁਆਰਾ ਚੁਣਿਆ ਗਿਆ ਸੀਗਾ ਉਹਨੇ ਹਲਕੇ ਦਾ ਕਿੰਨਾ ਕ ਨਾਸ ਮਾਰਤਾ ਜੀ ਪੰਜ ਤਰੀਕ ਨੂੰ ਆਵੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਚੁੱਪ ਕਰਕੇ ਘਰੇ ਬੈਠਾਂਗੇ ਇਹ ਜਿੱਤ ਵੀ ਪੂਰੇ ਹਲਕੇ ਦੀ ਮੋਹਨ ਦੀ ਹੋਊਗੀ ਤੇ ਹਾਰ ਵੀ ਮੋਹਨ ਦੀ ਹੋਊਗੀ ਜੇ ਸਾਡੇ ਸਵਾਲਾਂ ਦਾ ਸਹੀ ਜਵਾਬ ਦਿੱਤਾ ਤਾਂ ਅਸੀਂ ਘਰੇ ਬੈਠਾਂਗੇ ਜੇ ਨਾ ਦਿੱਤਾ ਤਾਂ ਆਉਣ ਵਾਲੀ ਪੰਜ ਤਰੀਕ ਨੂੰ ਅਸੀਂ ਡਿਸਾਈਡ ਕਰਕੇ ਪੂਰੇ ਹਲਕੇ ਦੀ ਹਵਾ ਬਦਲਾਂਗੇ ਇਹਨੂੰ ਸਾਡੀ ਚੇਤਾਵਨੀ ਸਮਝਿਆ ਜਾਵੇ ਤੇ ਚਾਹੇ ਇਹਨੂੰ ਸਾਡੀ ਅੱਜ ਦਾ ਜਿਹੜਾ ਮਕਸਦ ਸੀਗਾ ਉਹ ਸਮਝਿਆ ਜਾਵੇ ਕਿਉਂਕਿ ਲਗਭਗ 20 ਦਿਨਾਂ ਤੋਂ ਸਾਨੂੰ ਐਮਐਲਏ ਸਾਹਿਬ ਦੁਆਰਾ ਲਾਰੇ ਲੱਗ ਰਿਹਾ 20 ਦਿਨਾਂ ਤੋਂ ਸਾਨੂੰ ਵਕ ਵਕ ਬੰਦੇ ਭੇਜੇ ਜਾ ਰਹੇ ਹੈਗੇ ਆ ਸਿਰਫ ਲਾਰੇ ਲੱਗ ਰਿਹਾ ਮੈਂ ਇੱਕੋ ਹੀ ਗੱਲ ਕਹੀ ਸੀ ਵੀ ਸਾਨੂੰ ਲਾਰਾ ਨਹੀਂ ਪਸੰਦ ਸਾਨੂੰ ਸਪੱਸ਼ਟ ਲਫ਼ਜ਼ਾਂ ਚ ਕਹਿ ਦਿਓ ਵੀ ਕੰਮ ਨਹੀਂ ਹੋਣਾ ਅਸੀਂ ਚੁੱਪ ਕਰਕੇ ਘਰੇ ਬਹਿ ਜਾਈਏ ਰਾਜਨੀਤੀ ਇੱਕ ਅਲੱਗ ਚੀਜ਼ ਹੈਗੀ ਆ 8 ਕਰੋੜ ਆਇਆ 8 ਕਰੋੜ ਲੱਗਿਆ ਕਿੱਥੇ ਆ ਮੈਂ ਪ੍ਰੋਪਰ ਰਿਕਾਰਡ ਲੈ ਕੇ ਆਉਂਗਾ ਜੋ ਪਹਿਲਾ ਟੈਂਡਰ ਲੱਗੇ ਸੀ ਉਹੀ ਟੈਂਡਰ ਦੁਆਰਾ ਲਾਏ ਗਏ ਹੈਗੇ ਆ ਪਹਿਲਾ ਵਾਲੇ ਟੈਂਡਰ ਕੈਨਸਲ ਕੀਤੇ ਸਨੇ ਰਿਕਾਰਡ ਲੈ ਕੇ ਆਉਂਗਾ ਮੈਂ ਕਿਉਂਕਿ ਉਹ ਟੈਂਡਰ ਲੱਗੇ ਸੀਗੇ 10 10 12 12 ਲੱਖ ਰੁਪਏ ਦੇ ਤੇ ਉਹ ਟੈਂਡਰ ਅੱਜ ਦੁਬਾਰਾ ਜੇ ਲਾਏ ਗਏ ਆ ਤਾਂ 22 ਲੱਖ ਰੁਪਇਆ ਠੀਕ ਆ 5% ਮਹਿੰਗਾਈ ਹੋਗੀ 10% ਮਹਿੰਗਾਈ ਹੋਗੀ 60 60% ਮਹਿੰਗਾਈ ਨਹੀਂ ਹੁੰਦੀ ਯਾਨੀ ਇੱਕ ਸਾਲ ਦੇ ਵਿੱਚ ਇੰਨਾ ਜਿਆਦਾ ਇੱਕ ਸਾਲ ਦੇ ਵਿੱਚ ਇੰਨੇ ਜਿਆਦਾ ਟੈਂਡਰ ਇਹਨਾਂ ਨੇ ਹੋਣੇ ਪਤਾ ਕੀ ਕਹਿਣਗੇ ਜਦੋਂ ਤੁਸੀਂ ਪੁੱਛੋਗੇ ਉਹ ਵੀ ਮੈਂ ਦੱਸ ਦਿੰਨਾ ਅੱਜ ਹੀ ਦੱਸ ਦਿੰਨਾ ਇਹਨਾਂ ਨੇ ਕਹਿਣਾ ਹੈਗਾ ਉਹ ਤਾਂ ਇੱਕ ਐਸਟੀਮੇਟ ਆ ਐਸਟੀਮੇਟ ਬਣਾਓ ਯਾਰ ਇਹ ਕੀ ਮਤਲਬ ਹੈਗਾ ਡਬਲ ਐਸਟੀਮੇਟ ਬਣਾਉਣ ਦਾ ਹੂੰ ਕਿਉਂਕਿ ਮੇਰੇ ਹੱਥ ਨਾਲ ਉਹ ਐਸਟੀਮੇਟ ਬਣੇ ਹੋਏ ਸੀਗੇ ਪਰ ਅਮਾਉਂਟ ਨਹੀਂ ਬਣੀ ਸੀ ਜਦੋਂ ਇਹਨਾਂ ਨੇ ਅਮਾਉਂਟ ਬਣਾ ਕੇ ਭੇਜੀ ਹੈਗੀ ਆ ਉਹ 22 ਲੱਖ ਰੁਪਏ ਦੇ ਟੈਂਡਰ ਹੋਏ ਹੋਏ ਆ 8 ਲੱਖ ਰੁਪਿਆ ਸਿਰਫ ਇਹਨਾਂ ਨੇ 4-5 ਵਾੜਾਂ ਨੂੰ ਵੇਸਟ ਕਰਤਾ ਐਮਐਲਏ ਮੈਂ ਇਹ ਸੋਚਦਾ ਸਾਡੇ 8 ਕਰੋੜ ਰੁਪਇਆ ਸੌਰੀ 8 ਕਰੋੜ ਸਾਡੇ ਕੌਂਸਲਰ ਸਹਿਬਾਨ ਬੈਠੇ ਹੈਗੇ ਆ ਮੈਂ ਐਮਐਲਏ ਸਾਹਿਬ ਨੂੰ ਫੋਨ ਮਾਰਿਆ ਨਥਾਣੇ ਬੈਠੇ ਸੀਗੇ ਮੈਂ ਕਿਹਾ ਐਮਐਲਏ ਸਾਹਿਬ ਮੈਂ ਆਦੀ ਵਫਾਦਾਰੀ ਦੀ ਵੀ ਗੱਲ ਦੱਸਣਾ ਤੁਹਾਨੂੰ ਅੱਜ ਵੀ ਜੇ ਅਸੀਂ ਖੜੇ ਹਾਂ ਤਾਂ ਅਸੀਂ ਵਫਾਦਾਰ ਹੈਗੇ ਆ ਜੇ ਸਾਡੀ ਇੰਟਰਵਿਊ ਸੁਣ ਵੀ ਇੱਕ ਕਰ ਕੀ ਰਿਹਾ ਉਹਨੂੰ ਇਹ ਦੇਖਣ ਵੀ ਅੱਜ ਵੀ ਇਹ ਵਫਾਦਾਰ ਹੈਗੇ ਆ ਮੈਂ 6 ਮਹੀਨੇ ਪਹਿਲਾਂ ਪਿੱਛੇ ਲੱਗਿਆ ਸੀ ਐਮਐਲਏ ਸਾਹਿਬ ਮੰਡੀ ਲੈਵਲ ਤੇ ਕੰਮ ਨਹੀਂ ਹੋ ਰਿਹਾ 22 ਦੇ ਲਈ ਕੰਮ ਕਰੋ ਨਾ ਕਿ ਸਿਰਫ ਮੋਹਨ ਲਈ ਕੰਮ ਕਰੋ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਸਾਰੀ ਜਿਹੜੇ ਐਮਸੀ ਹੈਗੇ ਆ ਸਾਰਿਆਂ ਦੀ ਲਿਸਟ ਲੈ ਕੇ ਆ 30 ਕੰਮ ਸੀਗੇ 30 ਕੰਮ ਲੈ ਕੇ ਮੈਂ ਨਥਾਣੇ ਗਿਆ ਐਮਐਲਏ ਸਾਹਿਬ ਨੇ ਤਿੰਨ ਵਾਰ ਲਿਸਟਾਂ ਜੈ ਦਵਿੰਦਰ ਸ਼ਰਮਾ ਨੂੰ ਭੇਜੀਆਂ ਗਈਆਂ ਜੀ ਜੈ ਸ਼ਮਨ ਦਵਿੰਦਰ ਸ਼ਰਮਾ ਨੇ ਉਹ ਲਿਸਟਾਂ ਅਗਾਹ ਜਦੋਂ ਭੇਜੀਆਂ ਇੱਕ ਨਾ ਕਮੇਟੀ ਬਣਦੀ ਹੈਗੀ ਉਹਦੇ ਚ ਪ੍ਰਧਾਨ ਜਦੋਂ ਬਹੁਮਤ ਨਾ ਹੋਵੇ ਨਾ ਉਹਦੇ ਚ ਪ੍ਰਧਾਨ ਵੀ ਮੈਂਬਰ ਹੁੰਦਾ ਹੈਗਾ ਜੀ ਉਹਦਾ ਜਦੋਂ ਮੈਨੂੰ ਫੋਨ ਆਇਆ ਜਦੋਂ ਮੈਂ ਇਹਨੂੰ ਬੋਲਿਆ ਮੈਂ ਕਿਹਾ ਯਾਰ ਤੁਸੀਂ ਆ ਕਰੀ ਕੀ ਜਾਨਦੇ ਹੋ ਉਹ ਕਹਿੰਦਾ ਕਹਿੰਦਾ ਵੀ ਭਾਈ ਐਮਐਲਏ ਸਾਹਿਬ ਨੇ ਭੇਜੀਆਂ ਲਿਸਟਾਂ ਪਰ ਮੋਣ ਢਿੰਗੜੇ ਨੇ ਉਹ ਲਿਸਟਾਂ ਕੱਢਤੀਆਂ ਅੱਛਾ ਉਹ ਲਿਸਟਾਂ ਕੱਢਤੀਆਂ ਕਿਉਂ ਕੱਢਤੀਆਂ ਕਿਉਂਕਿ ਇਹਦੇ ਵਿੱਚ ਕੰਮ ਹੈਗੇ ਜਿਹੜੇ ਸੱਤ ਕਾਉਂਸਲਰ ਆਉਂਦੇ ਹੈਗੇ ਯਾਰ ਰਾਜਨੀਤੀ ਸਾਡੇ ਨਾਲ ਕਰ ਲੋ ਲੋਕਾਂ ਨਾਲ ਕਿਉਂ ਰਾਜਨੀਤੀ ਕਰਦਾ ਤੁਸੀਂ ਫਿਰ ਆਪਣੀ ਕੋਈ ਅਪਰੋਚ ਨਹੀਂ ਕੀਤੀ ਐਮਐਲਏ ਸਾਹਿਬ ਤੱਕ ਜਾਂ ਅੱਗੇ ਜਿਵੇਂ ਕੋਈ ਪਾਰਟੀ ਤੁਹਾਡੀ ਮੈਂ ਤੁਹਾਨੂੰ ਮੈਂ ਨਾ ਤੁਹਾਨੂੰ ਕੱਲ ਨਾ ਡਿਟੇਲ ਕਢਾ ਕੇ ਦੂੰ ਮੇਰੇ ਮੋਬਾਈਲ ਦੀ ਵੀ ਐਮਐਲਏ ਨੂੰ ਮੈਂ ਕਿੰਨੇ ਫੋਨ ਮਾਰੀ ਇੱਕ ਸੱਜਣ ਆ ਗਿਆ ਤੁਹਾਡੇ ਵਰਗਾ ਮੈਂ ਅੱਖਾਂ ਨਹੀਂ ਮੋੜ ਸਕਿਆ ਮੈਨੂੰ ਪਿੰਡ ਲੈ ਗਿਆ ਕੋਟਪਈ ਅੱਜ ਮੈਂ ਇਹਨਾਂ ਨੂੰ ਵੀ ਦੱਸ ਰਿਹਾ ਜਨਤਕ ਹੋ ਕੇ ਰਾਤ ਨੂੰ 11 ਵਜੇ ਪਹੁੰਚੇ ਉਹ ਮੈਨੂੰ ਕਹਿੰਦਾ-ਕਹਿੰਦਾ ਵੀ ਨਾਲ ਚੱਲਣਾ ਮੈਂ ਕਦੇ ਜਵਾਬ ਨਹੀਂ ਦਿੰਦਾ ਮੈਂ ਚੱ ਚਲੋ ਨਹੀਂ ਬੋਲੇ ਮੈਂ ਜਾ ਕੇ ਮੈਂ ਉਹਦੇ ਵੀ ਮੈਂ ਇਹੀ ਗੱਲ ਕਹੀ ਮੈਂ ਕਿਹਾ ਬਾਈ ਜੀ ਤੁਸੀਂ ਹਲਕੇ ਲੈਵਲ ਤੇ ਕੰਮ ਅਜਿਹੇ ਤੇ ਮੰਡੀ ਲੈਵਲ ਤੇ ਕੰਮ ਕਰੋ ਨਾ ਕਿ ਤੁਸੀਂ ਸਿਰਫ ਮੋਨ ਲੈਵਲ ਤੇ ਕੰਮ ਕਰੋ ਕਹਿੰਦਾ ਮੁੰਨੇ ਕੋਈ ਗੱਲ ਨਹੀਂ ਕੰਮ ਨਹੀਂ ਤੇਰੇ ਰਹਿੰਦੇ ਕੰਮ ਦੱਸ ਕੀ ਬਣਿਆ ਨਾ ਜੀ ਕੋਈ ਸੁਣਵਾਈ ਨਹੀਂ ਹੋਈ ਉਸ ਗੱਲ ਦੀ ਠੀਕ ਹੈ ਅਸੀਂ ਅੱਜ ਵੀ ਦੇਖੋ ਅਸੀਂ ਨਹੀਂ ਚਾਹਦੇ ਸੀਗੇ ਵੀ ਅਸੀਂ ਕੋਈ ਪਾਰਟੀ ਛੱਡੀਏ ਜੀ ਅਸੀਂ ਆਪ ਦਾ ਸਟੈਂਡ ਛੱਡੀਏ ਹੂੰ ਜੋ ਬੰਦਾ ਆਪਦੀ ਪਾਵਰ ਦੀ ਦੁਰਵਰਤੋਂ ਕਰ ਰਿਹਾ ਸਾਨੂੰ ਲੋਕਾਂ ਨੇ ਸੰਵਿਧਾਨਕ ਅਹੁਦੇ ਤੇ ਭਾਇਆ ਜੀ ਜੇ ਸਾਡੇ ਸਾਹਮਣੇ ਬੈਠ ਕੇ ਕੋਈ ਉਸ ਵਿਧਾਨਕ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਤਾਂ ਸਾਡਾ ਫਰਜ਼ਮੰਦ ਰੋਕਣਾ ਹੂੰ ਬਿਲਕੁਲ ਅਸੀਂ ਰੋਕਿਆ ਅਸੀਂ ਕਨੀਜੀ ਚੈਨਲ ਨੂੰ ਵੀ ਇੰਟਰਵਿਊ 10 ਇੰਟਰਵਿਊ ਮੈਂ ਦੇਤੀ ਹੂੰ ਵੀ ਮਿੱਤਰਾ ਆਹ ਮੁੱਦੇ ਠਾਓ ਯਾਰ ਤੁਸੀਂ ਪੱਤਰਕਾਰ ਹੈਗੇ ਹੋ ਲੋਕ ਚੌਥਾ ਥੰਬ ਕਹਿੰਦੇ ਹੈਗੇ ਆ ਪੱਤਰਕਾਰ ਤੁਹਾਨੂੰ ਤੇ ਤੁਸੀਂ ਇਹ ਮੁੱਦੇ ਠਾਓ ਪਰ ਨਹੀਂ ਕਿਉਂਕਿ ਉਹਦਾ ਸਿਸਟਮ ਬਣ ਗਿਆ ਮੋਦੀ ਵਾਲਾ ਹੂੰ ਉਹਦਾ ਸਿਸਟਮ ਬਣ ਗਿਆ ਮੋਦੀ ਵਾਲਾ ਤੇ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਜੋ ਤੁਸੀਂ ਬਠਿੰਡਾ ਤੋਂ ਇੱਥੇ ਪਹੁੰਚੇ ਹੋ ਗੱਲ ਇਹ ਹੈਗੀ ਆ ਵੀ ਅਸੀਂ ਅੱਜ ਵੀ ਵਫਾਦਾਰ ਜੇਕਰ ਐਮ.ਐਲ.ਏ ਚਾਹੁੰਦਾ ਹੈ ਜੇਕਰ ਸਾਡੇ ਐਮ.ਐਲ.ਏ ਸਾਹਿਬ ਚਾਹੁੰਦੇ ਆ ਵੀ ਇਹ ਬੱਜਿਆ ਰਵੇ ਹਜੇ ਵੀ ਮੁੱਠੀ ਚੰਗੀ ਗੱਲ ਹੈਗੀ ਆ ਬਿਲਕੁਲ ਨਹੀਂ ਤਾਂ ਜਿਹੜਾ ਮੋਹਨ ਧੀੜਾ ਮੇਰੇ ਲਈ ਰੌਂਡ ਲਾਂਦਾ ਫਿਰਦਾ ਨਾ ਤੇ ਹੁਣ ਮੈਂ ਮੇਰੇ ਮੇਰੇ ਲੋਕ ਇਹਦੇ ਹੁਣ ਕਰਨਗੇ ਦਾ ਹਿਸਾਬ ਕਿਤਾਬ ਹਿਸਾਬ ਕਿਤਾਬ ਕਿਵੇਂ ਜਦੋਂ ਜਦੋਂ ਪੁੱਛੇ ਨਾ ਸਵਾਲ ਲੋਕਾਂ ਦੇ ਅੰਦਰ ਵੜਦੇ ਨੂੰ ਇੱਕ 50 ਸਾਲ ਪੁਰਾਣੀ ਗਲੀ ਮੈਂ ਖਲਾਈ ਰੇਲਵੇ ਦੀ ਐਮੈਲ ਨੂੰ ਤੁਸੀਂ ਪੁੱਛ ਕੇ ਦੇਖਿਓ ਅੱਜ ਵੀ ਉਹਨੂੰ ਐ ਨਹੀਂ ਪਤਾ ਵੀ ਕਿੱਥੋਂ ਖੁੱਲੀ ਆ ਕੀ ਖੁੱਲੀ ਆ ਕੀ ਨਹੀਂ ਮੈਂ ਗਲੀ ਖਲਾ ਕੇ ਵੀ ਉਹਨੂੰ ਨਾਮ ਕੀ ਦਾ ਦਿੱਤਾ ਪ੍ਰੀਤਮ ਸਿੰਘ ਕੋਟਪਾਈ ਦਾ 52 ਲੱਖ ਦਾ ਟੈਂਡਰ ਸੀਗਾ ਟੈਂਡਰ ਹੋ ਗਿਆ ਸਾਰਾ ਕੁਝ ਹੋ ਗਿਆ ਜੇਈ ਨੇ ਮੈਨੂੰ ਲਿਸਟ ਭੇਜੀ ਤੀ ਜੇਈ ਕਹਿੰਦਾ ਮੁੰਨਾ ਕਹਿੰਦਾ ਆ ਤੇਰਾ 52 ਲੱਖ ਕੁਝ ਲੱਖ ਦਾ ਟੈਂਡਰ ਹੋਇਆ ਹੈਗਾ ਤੇ ਇਹ ਲੱਗ ਜੂਗਾ ਜੀ ਐਸਟੀਮੇਟ ਮੇਰੇ ਕੋਲ ਜੇਈ ਨੇ ਭੇਜਿਆ ਟੋਟਲ ਰਿਕਾਰਡ ਆ ਮੇਰੇ ਕੋਲ ਹਮ ਇਸ ਬੰਦੇ ਨੇ ਕੀ ਕੀਤਾ ਉਹ ਟੈਂਡਰ ਕੱਟਤਾ ਯਾਰ ਰਾਜਨੀਤੀ ਕਰੋ ਯਾਰ ਇਹ ਕੀ ਮਤਲਬ ਆ ਤੁਸੀਂ ਨੌਕਰੇ ਦਾ ਨੁਕਸਾਨ ਕਰੀ ਜਾਂਦੇ ਹੋ ਸਾਡੇ ਗੁਰੂ ਦੇ ਨਾਂ ਤੇ ਰਾਜਨੀਤੀ ਕਰੀ ਜਾਂਦੇ ਹੈਗੇ ਆ। ਅ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਰਾਜਨੀਤੀ ਕੀਤੀ, ਇਹਨੇ ਨੇ ਠਾਪੀ ਕਰਤਾ ਮੁੱਦਾ। ਮਹਾਰਾਜਾ ਅਗਰਸੈਨ ਦੇ ਨਾਂ ਤੇ ਰਾਜਨੀਤੀ ਕੀਤੀ। ਮੈਂ ਕਿਉਂ ਕਹਿ ਰਿਹਾ ਵੀ ਆਪਦੇ ਬੇਟੇ ਨੂੰ ਲੈ ਕੇ ਆਵੇ। ਆਪਦੇ ਬੇਟੇ ਨੂੰ ਲੈ ਕੇ ਆਵੇ ਮਹਾਰਾਜਾ ਅਗਰਸੈਨ ਚੌਂਕ ਦੇ ਵਿੱਚ। ਮੈਂ ਸਟੇਜ ਲਾਉਂਗਾ। ਉੱਥੇ ਅਗਰਵਾਲ ਸਮਾਜ, ਰਵਿਦਾਸੀਆ ਸਮਾਜ ਟੋਟਲੀ ਮੰਡੀ ਇਕੱਠੀ ਕਰਾਂਗੇ ਅਸੀਂ। ਮੰਡੀ ਇਕੱਠੀ ਕਰਕੇ ਉਹਦੇ ਤੋਂ ਅਸੀਂ ਇਹ ਸਵਾਲਾਂ ਦੇ ਜਵਾਬ ਲੈਣੇ ਆ ਵੀ ਮਿੱਤਰਾ ਅੱਜ ਤੇਰਾ ਟਾਈਮ ਤੇਰਾ ਟਾਈਮ ਗਿਆ। ਹੁਣ ਸਾਨੂੰ ਸਾਡਾ ਟਾਈਮ ਹੈਗਾ ਸਾਨੂੰ ਇਹ ਸਵਾਲਾਂ ਦੇ ਜਵਾਬ ਦੇ। ਅ ਇਨਨੇ ਅਕਾਲੀ ਦਲ ਵੀ ਛੱਡ ਤਾ ਅਕਾਲੀ ਦਲ ਛੱਡਿਆ ਨਹੀਂ ਆ ਚਲੋ ਮੀਟਿੰਗਾਂ ਛੱਡਤੀਆਂ ਵੀ ਨਹੀਂ ਆਪਾਂ ਗਰੁੱਪ ਨਾਲ ਖੜੇ ਹੈਗੇ ਸੱਤ ਕਾਉਂਸਲਰ ਜਦੋਂ 1 ਸਾਲ ਵਾਂਗੂ ਹੋ ਗਿਆ ਅਸੀਂ ਇਕੱਠੇ ਖੜੇ ਹੈਗੇ ਵੀ ਇਕੱਠਾ ਡਿਸੀਜ ਲਵਾਂਗੇ ਮੈਂ ਐਮਐਲਏ ਸਾਹਿਬ ਨੂੰ ਕਿਹਾ ਮੈਂ ਕਿਹਾ ਐਮਐਲਏ ਸਾਹਿਬ ਤੁਹਾਡੀ ਮੀਟਿੰਗ ਨਾ ਜਿਹੜੀ ਹੈਗੀ ਆ ਸੀ ਮੱਟੂ ਦੇ ਘਰੇ ਰਖਾਵਾਂਗੇ ਉੱਥੇ ਅਸੀਂ ਬੈਠ ਕੇ ਸਾਰੇ ਦੇ ਸਾਰੇ ਮੀਟਿੰਗ ਕਰਾਂਗੇ ਪਰ ਕੰਨ ਤੋਂ ਜੋ ਹੀ ਨਹੀਂ ਸਰਕੀ ਉਸ ਗੱਲ ਦੀ ਅੱਛਾ ਕਿਉਂਕਿ ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣ ਲੱਗਿਆ ਹੈਗਾ ਜੀ ਇਹ ਮੋਹਨ ਨੇ ਕਿਵੇਂ ਐਮਐਲਏ ਸਾਹਿਬ ਨੂੰ ਪੱਟਿਆ ਮੇਰੇ ਕੋਲ ਆਇਆ ਅ ਪ੍ਰਧਾਨਗੀ ਦੇ ਇਲੈਕਸ਼ਨ ਤੋਂ ਪਹਿਲਾਂ ਹੂੰ ਤੇ ਮੈਂ ਕੀ ਬਣਿਆ ਕਹਿੰਦਾ ਬਸ ਆਪਣਾ ਕੰਮ ਪੱਕ ਗਿਆ ਮੈਂ ਕਿਵੇਂ ਕਹਿੰਦਾ ਮੈਂ ਐਮਐਲਏ ਸਾਹਿਬ ਨਾਲ ਗਿਆ ਸੀ ਸ਼ਨੀ ਧਾਮ ਹੂੰ ਹੂੰ ਕਹਿੰਦਾ ਸ਼ਨੀ ਧਾਮ ਅ ਐਮਐਲਏ ਸਾਹਿਬ ਉਹਨੂੰ ਬਹੁਤ ਮੰਨਦੇ ਆ ਬਾਬੇ ਨੂੰ ਅੱਛਾ ਕਹਿੰਦਾ ਐਮਐਲਏ ਸਾਹਿਬ ਨੇ 2100 ਰੁਪਏ ਮੱਥਾ ਟੇਕੇ ਜਾ ਕੇ ਹੂੰ 2100 ਰੁਪਏ ਕਹਿੰਦਾ ਜਾ ਕੇ ਮੱਥਾ ਟੇਕ ਮੈਂ ਕਹਿੰਦਾ 2100 ਮੱਥਾ ਟੇਕਦਾ ਅੱਛਾ ਜੀ ਕਹਿੰਦਾ ਬਸ ਮੇਰੇ ਨਕਸ਼ਤਰ ਬਦਲ ਗਏ ਕਹਿੰਦਾ ਹੂੰ ਏ ਇਸ ਗੱਲ ਦਾ ਜਵਾਬ ਨਾ ਮੋਹਨ ਆਪਦੇ ਬੇਟੇ ਨੂੰ ਲੈ ਕੇ ਆਵੇ ਮੈਨੂੰ ਬਸ ਮੈਂ ਪਹਿਲਾਂ ਵੀ ਕਹਿ ਕੇ ਹੈਡਾ ਵੀ ਉਹ ਝੂਠ ਦਾ ਪਲੰਦਾ ਹੈਗਾ ਬੇਟੇ ਨੂੰ ਲੈ ਕੇ ਆਵੇ ਸਟੇਜ ਤੇ ਖੜਕੇ ਦਵੇ ਵੀ ਮੁੰਨੇ ਦੇ ਸਾਹਮਣੇ ਇਹ ਗੱਲ ਕਹੀ ਹੈ ਕਿ ਨਹੀਂ ਕਹੀ ਹੈ ਜੀ ਇਹ ਕਹਿੰਦਾ ਵੀ ਉਹ ਉਹ ਬੰਦੇ ਨੇ ਮੇਰੇ ਨਕਸ਼ਤਰ ਬਦਲਦੇ ਬਦਲ ਕਿਵੇਂ ਦਿੱਤੇ ਵੀ ਇੱਕ ਨਾ ਪੁਰਾਣੀ ਟਾਈਮ ਦੀ ਕਹਾਣੀ ਜੀ ਸੀਗੀ ਉਹ ਤੋਤੇ ਵਾਲੀ ਮੇਰੇ ਖਿਆਲ ਅਲੇ ਫਿਲਲਾ ਨਾਟਕਾਂ ਦਾ ਹੁੰਦਾ ਸੀ ਹਾਂਜੀ ਉਹ ਵਾਲਾ ਹਸਤਕ ਤਪ ਸੀਗਾ ਤੇ ਇਹ ਕਹਿੰਦਾ ਕਹਿੰਦਾ ਵੀ ਬਸ ਉਹਨੇ ਜਦੋਂ ਕਿਹਾ ਐਮਐਲਏ ਸਾਹਿਬ ਨੇ ਬਸ ਨਿਬੜ ਗਿਆ ਕੰਮ ਆਪਣਾ ਆਪਣੀ ਪ੍ਰਧਾਨਗੀ ਪੱਕੀ ਹੋ ਗਈ 21000 ਰੁਪਏ ਤੇ ਇਹਦੀ ਪ੍ਰਧਾਨਗੀ ਪੱਕੀ ਹੋਈ ਹੈ ਜੀ ਨੇ ਐਮਐਲਏ ਸਾਹਿਬ ਨੂੰ ਵੀ ਦੇਖਣਾ ਚਾਹੀਦਾ ਕਿ ਇੱਕ ਪਾਸੇ ਸਾਰੀ ਮੰਡੀ ਦੇ ਨਮਾਇंदे ਐ 7-8 ਜਿਹੜੇ ਤੁਸੀਂ ਬੰਦੇ ਹੋ ਐਮਸੀ ਚੁਣੇ ਹੋਏ ਹੋ ਤੇ ਤੁਹਾਨੂੰ ਕਿਉਂ ਦਰਕਨਾਰ ਕੀਤਾ ਜਾ ਰਿਹਾ ਹੈ ਮੈਂ ਦੱਸਤਾ ਦਿੱਤਾ ਜੀ ਆ ਲਾਸਟ ਵਾਲੀ ਗੱਲ ਸ਼ਨੀਤਾ ਵਾਲੀ ਅੱਛਾ ਇਹੀ ਕਾਰਨ ਠੀਕ ਹੈ ਹੋਰ ਕੋਈ ਕਾਰਨ ਹੀ ਨਹੀਂਗਾ ਤੁਸੀਂ ਸਾਡਾ ਡਾਟਾ ਕੱਢ ਕੇ ਦੇਖੋ 2017 ਦਾ ਜੀ ਤੇ ਮੂਹ ਦਾ ਡਾਟਾ ਵਾੜ ਦਾ ਕੱਢ ਲਓ ਮਨ ਨੂੰ ਇੱਥੇ ਮੈਂ ਬੈਠਾ ਹੈਗਾ ਅਸੀਂ 7 ਐਮਸੀ ਬੈਠੇ ਹੈਗੇ ਆ ਇੱਥੇ ਸੀੜ ਕਸ਼ਮੀਰੀ ਲਾਲ ਨੇ ਛੇ ਦੇ ਚੇ ਬੁਲਾ ਲੇ ਬੁਲਾਇਆ ਤਾਂ ਛੇੜ ਕਸ਼ਮੀਰੀ ਲਾਲ ਨੇ ਮੇਰਾ ਕੀ ਯੋਗਦਾਨ ਆ ਜੀ ਜੇ ਮੰਨ ਲਓ ਮੈਂ ਇੱਥੇ ਖੜ ਕੇ ਤੁਹਾਡੇ ਸਾਹਮਣੇ ਇੰਟਰਵਿਊ ਦੇਤੀ ਮੇਰਾ ਇੰਟਰਵਿਊ ਤੱਕ ਦਾ ਯੋਗਦਾਨ ਆ ਨਾ ਇਹ ਵੋਟਾਂ ਤਾਂ ਨਹੀਂ ਮੇਰੀਆਂ ਹੋ ਗਈਆਂ ਇਹਨੇ ਚਾਰ ਜਗ੍ਹਾ ਤੇ ਜਾ ਕੇ ਸਪੀਚ ਦਿੱਤੀ ਐਮਐਲਏ ਸਾਹਿਬ ਦੇ ਦਿਮਾਗ ਜੇ ਵੜ ਗਈ ਵੀ ਹਾਂ ਭਈਏ ਨੇ ਵੋਟਾਂ ਹੀ ਸਾਰੀਆਂ ਨੇ ਪੋਈਆਂ ਫਿਰ ਜਿਹੜੇ ਸਰਪੰਚ ਸੀਗੇ ਜਿਹੜੇ ਮੈਂਬਰ ਸੀਗੇ ਜਿਨ੍ਹਾਂ ਨੇ ਕੱਟ ਕੀਤਾ ਉਹਨਾਂ ਦਾ ਕੀ ਰੋਲ ਰਹਿ ਗਿਆ ਬਿਲਕੁਲ ਤੇ ਸਾਡਾ ਤੁਸੀਂ ਡਾਟਾ ਕ ਚਾਰ-ਚਾਰ ਸੌ ਵੋਟ ਵਧੀ ਹੈਗੀ ਆ ਹਲਕੇ 'ਚ ਵਧਾ ਕੇ ਭੇਜੀ ਆ ਨਾਲੇ ਮਿਹਨਤ ਕੀਤੀ ਨਾਲੇ ਰੁਪਏ ਨਹੀਂ ਲਾਏ ਮੋਹਨ ਸਿੰਘ ਜਿਹੜਾ ਕਹਿੰਦਾ 24 ਲੱਖ ਰੁਪਏ ਐਮਐਲ ਇਲੈਕਸ਼ਨ ਵੇਲੇ ਲਾਇਆ ਕਿੱਥੇ ਗਿਆ ਬਈ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ ਏਰੀਆ ਦਾ ਤੂੰ ਸਾਡਾ ਏਸੀ ਬਦਨਾਮ ਕਰ ਰੱਖਿਆ ਹੈਗਾ ਵੀ ਇਹ ਵਕਾਊ ਹੈਗਾ ਸਾਡੇ ਸਾਹਮਣੇ ਬੈਠ ਕੇ ਆਪਣੇ ਗੱਲ ਕਰੇ ਫਿਰ ਇਹਦਾ ਮਤਲਬ ਮੰਡੀ ਤੇ ਬਾਣੀਆਂ ਵਿਕ ਕੇ ਜਾਂ ਆ ਰੋੜਾ ਬਰਾਦਰੀ ਵਿਕ ਗਈ ਬਦਨਾਮ ਤੁਸੀਂ ਸਾਨੂੰ ਕਰ ਰੱਖਿਆ ਹੈਗਾ ਮੇਰੇ ਕੋਲ ਪੈਸੇ ਭੇਜੇ ਮੈਂ 2017 ਦੇ ਵਿੱਚ ਅਗਲੇ ਦਿਨ ਮੈਂ ਵਾਪਸ ਕਰਕੇ ਆਇਆ ਇਲੈਕਸ਼ਨ ਤੋਂ ਬਾਅਦ ਆ ਚੱਕ ਮੇਰੇ ਤੋਂ ਕੋਈ ਪੈਸੇ ਨਹੀਂ ਲੈਂਦਾ ਸਾਡੇ ਏਰੀਆ 'ਚ ਕੱਲਾ ਬਦਨਾਮ ਕੀਤਾ ਆ ਪੈਸੇ ਤਾਂ ਕੋਈ ਲੰਦਾ ਹੀ ਨਹੀਂ ਜੀ ਹਕੀਕਤ ਇਹ ਆ ਖਾ ਗਏ 24 ਲੱਖ ਰੁਪਇਆ ਬਦਨਾਮ ਵੋਟਰਾਂ ਨੂੰ ਕਰੀ ਜਾਂਦੇ ਆ ਇਹਦਾ ਹੁਣ ਜਵਾਬ ਦੇਣੇ ਪੈਣਗੇ ਨਾ ਹੁਣ ਤੁਸੀਂ ਹੁਣ ਜਿਹੜਾ 4 ਤਰੀਕ ਨੂੰ ਰੱਖਿਆ 5 ਤਰੀਕ ਨੂੰ ਹਾਂਜੀ 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 5 ਤਰੀਕ ਨੂੰ ਜੇ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਫੇਰ ਅਗਲਾ ਕਦਮ ਕੀ ਹੋ ਸਕਦਾ ਬਾਈ ਜੀ 5 ਤਰੀਕ ਨੂੰ ਅਸੀਂ ਨਾ ਡਿਸਾਈਡ ਕਰਕੇ 5 ਤਰੀਕ ਨੂੰ ਅਸੀਂ ਅਸੀਂ ਮੈਂ ਤੁਹਾਨੂੰ ਦੱਸ ਕੇ ਆਟਿਆ ਜਿੱਥੇ ਵੀ ਖੜੇ ਪੂਰੇ ਹਲਕੇ ਦੀ ਹਵਾ ਚੇਂਜ ਕਰਾਂਗੇ ਜੀ ਜਿੱਥੇ ਵੀ ਖੜੇ ਪੂਰੇ ਹਲਕੇ ਦੀ ਹਵਾ ਚੇਂਜ ਕਰਾਂਗੇ ਇਹਦੀ ਮੋਨ ਨੂੰ ਜਾਊਗਾ ਤਿਹਾਰ ਦਾ ਸ਼ਰੀ ਵੀ ਮੋਨ ਨੂੰ ਜਾਊਗਾ ਜੇ ਮੋਨ ਨੇ ਸਾਡੇ ਸਵਾਲਾਂ ਦੇ ਜਵਾਬ ਦੇਤੇ ਸੱਚ ਆਪਦੇ ਬੇਟੇ ਦੇ ਸਿਰ ਤੇ ਹੱਥ ਰੱਖ ਕੇ ਉਥੇ ਸਟੇਜ ਦੇ ਉੱਤੇ ਅਸੀਂ ਘਰੇ ਬਹਿ ਜਾਾਂਗੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਤੁਰਦੇ ਅਸੀਂ ਘਰੇ ਬਹਿ ਜਾਾਂਗੇ ਜੇ ਮੋਨ ਨੇ ਨਾ ਦਿੱਤੇ ਉਦੋਂ ਬਾਅਦ ਅਸੀਂ ਦੇਖਾਂਗੇ ਵੀ ਅਸੀਂ ਕੀ ਕਰਨਾ ਹੈਗਾ ਜੀ ਫਿਰ ਅਸੀਂ ਦਿਖਾਵਾਂਗੇ ਸਾਡਾ ਜਲਵਾ ਵੀ ਅਸੀਂ ਕੀ ਆ ਜੇ ਸਾਨੂੰ ਕੋਡੀ ਸਮਝਿਆ ਨਾ ਅਸੀਂ ਉਹ ਕੋਡੀ ਵੀ ਤੁਹਾਨੂੰ ਚੱਲ ਕੇ ਦਿਖਾਵਾਂਗੇ ਵੀ ਕੀ ਹੁੰਨਾ ਹੈਗਾ ਅਸੀਂ ਬਿਲਕੁਲ ਅਸਲੀਅਤ ਇਹ ਹੈਗੀ ਆ ਕਿ ਇੱਥੇ ਕੰਮ ਦੀ ਵੈਲਿਊ ਨਹੀਂ ਇਥੇ ਰੁਪਏ ਦੀ ਵੈਲਿਊ ਹੈਗੀ। ਇੱਥੇ ਵੋਟਰ ਦੀ ਵੈਲਿਊ ਨਹੀਂ ਹੈਗੀ। ਇਥੇ ਰੁਪਏ ਦੀ ਵੈਲਿਊ ਹੈਗੀ ਬਸ। ਗੱਲ ਇਹ ਹੈਗੀ ਆ ਸਾਰੀ ਟੋਟਲ। ਕਿ ਮੰਡੀ ਦੇ ਜੇ ਵਿਕਾਸ ਦੀ ਗੱਲ ਕਰੀਏ ਕਿਉਂਕਿ ਤੁਹਾਨੂੰ ਵੀ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਆਪਦਾ ਨੁਮਾਇੰਦਾ ਚੁਣਿਆ ਉਹਦਾ ਸਵਾਲ ਤੁਹਾਨੂੰ ਵੀ ਕਰਦੇ ਆ। ਨਹੀਂ ਭਾਈ ਜੀ ਸਾਡੇ ਲੋਕਾਂ ਨੂੰ ਪਤਾ ਹੈਗਾ। ਕਿਉਂਕਿ ਮੈਂ ਅੱਜ ਤੱਕ ਕਦੇ ਕਿਸੇ ਤੋਂ ਕੋਈ ਡਿਮਾਂਡ ਨਹੀਂ ਰੱਖੀ ਭਾਵੇਂ ਐਮਐਲਏ ਕਿਉਂਕਿ ਮੇਰੇ ਸਮਾਜ ਨੇ ਮੈਨੂੰ ਉਹ ਸਨਮਾਨ ਦਿੱਤਾ ਜਿਹੜਾ ਕਦੇ ਮੈਂ ਸੋਚਿਆ ਹੀ ਨਹੀਂ ਸੁਪਨੇ 'ਚ। ਨਾ ਇਸ ਤੋਂ ਬਾਅਦ ਕੋਈ ਮਿਲੇ ਤੇ ਨਾ ਇਸ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਕਿ ਆ ਵੀ ਹੋਇਆ ਜਾਂ ਨਹੀਂ ਹੋਇਆ ਪਰ ਜਦੋਂ ਮੈਂ ਹੋਸ ਸੰਭਾਲੀ ਹੈਗੀ ਆ ਮੇਰੇ ਖਿਆਲ ਚ ਨਹੀਂ ਹੋਇਆ ਮੇਰੇ ਸਮਾਜ ਨੇ ਮੈਨੂੰ ਦੋ ਸੀਟਾਂ ਨਾਲ ਨਵਾਜਿਆ ਹੈਗਾ ਹੂੰ ਹੂੰ 13 ਦੇ ਵਿੱਚੋਂ ਦੋ ਸੀਟਾਂ ਮੇਰੇ ਪਰਿਵਾਰ ਕੋਲ ਆ ਮੇਰੀ ਮਾਤਾ ਵੀ ਐਮਸੀ ਹੈਗੀ ਤੇ ਮੈਂ ਵੀ ਐਮਸੀ ਹਾਂ ਜੀ ਬਹੁਤ ਵੱਡੀ ਗੱਲ ਹੈਗੀ ਇਹ ਚਲੋ ਸੀਆਈਡੀ ਦਾ ਮੈਨੂੰ ਦੋਨੇ ਸੀਟਾਂ ਹੀ ਖਰਾਈ ਜਾਂਦੀ ਸੀਗੀ ਪਰ ਲੋਕਾਂ ਨੇ ਮੈਨੂੰ ਮਾਨ ਬਖਸ਼ਿਆ ਮੈਂ ਉਹਨਾਂ ਦਾ ਦੇਨ ਤਾਂ ਦੇ ਨਹੀਂ ਸਕਦਾ ਪਰ ਉਹਨਾਂ ਨੂੰ ਪਤਾ ਹੈਗਾ ਵੀ ਜੇ ਮੁੰਨਾ ਖੜਦਾ ਹੈਗਾ ਤਾਂ ਸਾਡੇ ਹਿੱਤ ਲਈ ਖੜਦਾ ਮਨੋਜੀ 5 ਤਰੀਕ ਨੂੰ ਜਿਹੜਾ ਵੱਡਾ ਤੁਸੀਂ ਫੈਸਲਾ ਲਾਉਂਗੇ ਕੀ ਅਗਰ ਜੇਕਰ ਤੁਹਾਡੀ ਨਹੀਂ ਸੁਣਵਾਈ ਹੁੰਦੀ ਤਾਂ ਤੁਸੀਂ ਫਿਰ ਆਪਣਾ ਪਾਰਟੀ ਕੋਈ ਹੋਰ ਨਵੀਂ ਪਾਰਟੀ ਵੱਲ ਵੀ ਜਾ ਸਕਦੇ ਹੋ ਕਿਉਂਕਿ ਆਈ.ਡੀ.ਐਮ. ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ ਤੇ ਆ। ਭਾਈ ਜੀ ਅਸੀਂ ਇੱਕ ਦੋ ਤਰਕ ਚ ਰੱਖ ਲਈ ਤੇ ਜੀ। ਹਾਂ ਜੀ। ਬਸ ਕੋਈ ਗੱਲ ਨਹੀਂ ਜੀ 5 ਤਰੀਕ ਨੂੰ ਤੁਹਾਨੂੰ ਡਿਸਾਈਡ ਕਰ ਦਾਂਗੇ ਸਾਰਾ ਕੁਝ। ਜੀ। ਤੁਹਾਡੀ ਬਹੁਤ ਮਿਹਰਬਾਨੀ। ਯਾਨੀ ਕਿ ਕਿਉਂਕਿ ਕਲਸਾ 5 ਤਰੀਕ ਨੂੰ ਹੋਊਗਾ। ਹਾਂ ਜੀ ਹਾਂ ਜੀ 5 ਦੇਖੋ ਮੈਂ ਤੁਹਾਨੂੰ ਪਹਿਲਾਂ ਇੰਟਰਵਿਊ ਦੇ ਵਿੱਚ ਕਿਹਾ ਜੇ ਮੋਨ ਨੇ ਸਵਾਲਾਂ ਦੇ ਜਵਾਬ ਦਿੱਤੇ ਹੂੰ ਅਸੀਂ ਘਰੇ ਬਹਿ ਜਾਵਾਂਗੇ। ਜੀ। ਜੇ ਮੋਨ ਨੇ ਸਵਾਲਾਂ ਦੇ ਜਵਾਬ ਨਾ ਦਿੱਤੇ ਦਾ ਹਲਕਾ ਬਦਲਾਂਗੇ ਜੀ ਬਿਲਕੁਲ ਹਲਕੇ ਦੀ ਹਲਕਾ ਨਹੀਂ ਕਹਿੰਦਾ ਮਤਲਬ ਹੁਣ ਅਸੀਂ ਹਲਕਾ ਚੜ੍ਹ ਕੇ ਤਾਂ ਜਾਣ ਰਏ ਜਦੋਂ ਵੋਟ ਇੱਥੇ ਸਪੋਰਟ ਇੱਥੇ ਹੈਗੀ ਹੈ ਹਮ ਹਲਕੇ ਦੀ ਹਵਾ ਬਦਲਾਂਗੇ ਬਿਲਕੁਲ ਸਾਡਾ ਐਮਐਲਏ ਨਾਲ ਕੋਈ ਰੋਸ ਨਹੀਂ ਕਿਉਂਕਿ ਉਹ ਜਿਵੇਂ ਪੁੱਤਰ ਮੋਹ ਚ ਬੰਦਾ ਪਾਗਲ ਹੋ ਜਾਂਦਾ ਨਾ ਪਾਗਲ ਕਹਿੰਨਾ ਮੈਂ ਸ਼ਦਾਈ ਹੋ ਜਾਂਦਾ ਹੈ ਉਹ ਸਿਰਫ ਮੋਹ ਤੋਂ ਹੀ ਗੁਮਰਾਹ ਹੋ ਗਿਆ ਜੀ ਪਰ ਹੁਣ ਵਕਤ ਲੰਘ ਗਿਆ ਜਿਹੜੀ ਗੱਲ ਹੈਗੀ ਆ ਸਾਨੂੰ 20 ਦਿਨ ਹੋ ਗਏ ਇਕੋ ਹੀ ਲਾਰੇ ਦੇ ਵਿੱਚ ਤੇ ਮੈਨੂੰ ਲਾਰੇ ਨਾਲ ਤਾਂ ਮੈਂ ਲਾਵਾਂ ਤੇ ਨਾਮ ਇਹਨੂੰ ਪਸੰਦ ਹੈਗੀਆ ਸੋ ਦੋਸਤੋ ਇਹ ਤਾਂ ਇਹਨਾਂ ਨੇ ਆਪਣੀ ਨਾਰਾਜ਼ਗੀ ਜਾਂ ਆਪਣਾ ਜਿਹੜੀਆਂ ਗੱਲਾਂ ਸੀਆਂ ਉਹ ਸਾਰੀਆਂ ਦਸੀਆਂ ਹੈਗੀਆਂ ਸੋ ਆਪਾਂ ਦੂਜੀ ਧਿਰ ਦਾ ਪੱਖ ਵੀ ਜਾਣਦੇ ਆ ਤੇ ਦੇਖਦੇ ਆ ਕਿ ਉਹਨਾਂ ਦਾ ਕੀ ਕਹਿਣਾ ਸਾਡੇ ਨਾਲ ਮੌਜੂਦ ਨੇ ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਮਨਮੋਨ ਢਿੰਗੜਾ ਜੀ ਆਪਾਂ ਇਹਨਾਂ ਦਾ ਪੱਖ ਵੀ ਜਾਣਦੇ ਆ ਢਿੰਗੜਾ ਸਾਹਿਬ ਕੋਸ਼ ਜਿਹੜੇ ਐਮਸੀ ਐ ਸ਼ਹਿਰ ਦੇ ਸੱਤ ਦੇ ਕਰੀਬ ਐਮਸੀ ਆ ਉਹ ਤੁਹਾਡੇ ਨਾਲ ਨਾਰਾਜ਼ ਨੇ ਤੇ ਉਹਨਾਂ ਨੇ ਸਵਾਲ ਕੀਤੇ ਐ ਕਿ ਢੀਂਗਰਾ ਸਾਹਿਬ ਨੇ ਜਿਹੜਾ ਹੈਗਾ ਸਾਰੀ ਨਗਰ ਕੌਂਸਲ ਨੂੰ ਆਪਣੇ ਹੱਥਾਂ 'ਚ ਕੈਪਚਰ ਕੀਤਾ ਹੋਇਆ ਹੈ ਔਰ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ 8 ਕਰੋੜ ਦੀ ਗ੍ਰਾਂਟ ਪਿਛਲੇ ਦਿਨੀ ਆਈ ਸੀ ਜੋ ਕਿ ਸਹੀ ਢੰਗ ਨਾਲ ਲੱਗੀ ਨਹੀਂ ਜਿਹੜੀਆਂ ਟਾਈਲਾਂ ਨੇ ਉਹ ਪੁਰਾਣੀਆਂ ਹੀ ਦੁਬਾਰਾ ਪਟਕੇ ਲਾਤੀਆਂ ਜਾਂ ਕੁਝ ਪਾਣੀ ਦਾ ਜਾਂ ਸੀਵਰੇਜ ਦੇ ਮੁੱਦੇ ਨੇ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਕੌਂਸਲਰ ਭਰਾ ਨੇ ਸੱਤ ਜੀ ਜਿਹੜਾ ਇਹ ਗੱਲ ਕਰ ਰਹੇ ਨੇ ਉਹ ਤਕਰੀਬਨ ਕੋਈ 3 ਵਾਰ ਐਮਸੀ ਬਣ ਚੁੱਕਿਆ ਕੋਈ 2 ਵਾਰ ਬਣ ਚੁੱਕਿਆ ਕੋਈ ਚੌਥੀ ਵਾਰ ਇਲੈਕਸ਼ਨ ਲੜਿਆ ਜੀ ਤਾਂ ਜਿਹੜੇ ਸਾਡੇ ਨਾਲ ਐਮਸੀ ਨੇ ਜਾਂ ਮੈਂ ਖੁਦ ਆਪਦੀ ਗੱਲ ਕਰਾਂ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਸਾਰੇ ਜੀ ਜੇ ਗੱਲ ਹੋਵੇ ਮੂਰਖ ਬਣਾਉਣ ਦੀ ਜਾਂ ਸਿਸਟਮ ਦੀ ਮੇਰੇ ਖਿਆਲ ਦੇ ਵਿੱਚ ਇੱਕ ਤਜਰਬੇਕਾਰ ਬੰਦੇ ਨੂੰ ਇੱਕ ਨਵਾਂ ਬੰਦਾ ਕਦੇ ਮੂਰਖ ਨਹੀਂ ਬਣਾ ਸਕਦਾ ਪਹਿਲੀ ਗੱਲ ਦੂਜੀ ਗੱਲ ਜਿਹੜੀ ਸਾਡੀ ਗਾਰੰਟੀ ਆਈ ਹੈ ਉਹਦੇ ਵਿੱਚ ਕੁਝ ਕੰਮ ਐਸੇ ਨੇ ਜਿਹੜੀਆਂ ਗਲੀਆਂ ਰਿਪੇਅਰ ਦੇ ਸਿਸਟਮ ਦੇ ਵਿੱਚ ਸੀਗੀਆਂ ਜਿਹੜੀਆਂ ਗੈਸ ਪਾਈਪਲਾਈਨ ਲਾ ਲੈਣੇ ਪਟ ਦਿੱਤੀਆਂ ਸੀ ਉਹਨਾਂ ਨੂੰ ਉੱਥੇ ਪਟ ਕੇ ਉਹਨਾਂ ਗਲੀਆਂ ਨੂੰ ਜਿਵੇਂ ਦੀ ਤਵੇਂ ਰਿਪੇਅਰ ਕਰਕੇ ਲੈਵਲ ਸੈੱਟ ਕਰਕੇ ਲਾਇਆ ਜਾ ਰਿਹਾ ਹੈ ਤੁਸੀਂ ਲਾਈਨੋ ਬਾਹਰ ਏਰੀਆ ਦੇ ਵਿੱਚ ਜਾ ਕੇ ਦੇਖੋ ਤਕਰੀਬਨ 15 ਤੋਂ 20 ਗਲੀਆਂ ਉੱਥੇ ਚੱਲ ਰਹੀਆਂ ਬੀਸੀ ਵਾਰਡ ਹੈ ਸਾਡੇ ਇੱਥੇ ਸਰਜੀਤ ਸਿੰਘ ਜੀ ਦੀ ਨੁਮਾਇੰਦਗੀ ਕਰਦੇ ਆ ਉਹਦੇ ਵਿੱਚ ਲਗਭਗ 1 ਕਰੋੜ ਤੋਂ ਉੱਪਰ ਦੇ ਕੰਮ ਉਹਨਾਂ ਦੇ ਵਾਰਡ ਦੇ ਵਿੱਚ ਕੱਲਿਆਂ ਦੇ ਵਿੱਚ ਚੱਲ ਰਹੇ ਆ ਜਿੱਥੇ ਵੀ ਸਾਨੂੰ ਮਹਿਸੂਸ ਹੋਇਆ ਕਿ ਗਰੀਬ ਲੋਕ ਨੂੰ ਕਿਸੇ ਜਿੱਥੇ ਉਹਨਾਂ ਨੂੰ ਸਹੂਲਤ ਦੀ ਕਮੀ ਹੈ ਉੱਥੇ ਅਸੀਂ ਗਲੀਆਂ ਬਣਾਉਣ ਨੂੰ ਤਰਜੀਹ ਦਿੱਤੀ ਹੈ ਅਸੀਂ ਕੋਈ ਐਦਾਂ ਨਹੀਂ ਦੇਖਿਆ ਵੀ ਇੱਥੇ ਕਿਸੇ ਦੇ ਸ਼ਾਹੂਕਾਰ ਦੇ ਪਲਾਟ ਹੈ ਜਾਂ ਕਿਸੇ ਅਨਸੈਸਰੀ ਜਗ੍ਹਾ ਦੇ ਉੱਤੇ ਪੈਸਾ ਵੇਸਟ ਕੀਤਾ ਹੋਵੇ ਅਸੀਂ ਆਪਣੀ ਹਿੰਮਤ ਮਿਹਨਤ ਦੇ ਨਾਲ ਇੱਕ ਇੱਕ ਪੈਸਾ ਜਾਇਜ਼ ਜਗ੍ਹਾ ਦੇ ਉੱਤੇ ਲਗਾਇਆ ਉਹਨਾਂ ਨੇ 5 ਫਰਵਰੀ ਨੂੰ ਇੱਕ ਜਗ੍ਹਾ ਜਿਹੜੀ ਡਿਸਾਈਡ ਕੀਤੀ ਅਗਰਸੈਨ ਮਹਾਰਾਜਾ ਅਗਰਸੈਨ ਚੌਕ ਤੇ ਉਹਨਾਂ ਨੇ ਕਿਹਾ ਕਿ ਅਸੀਂ 5 ਫਰਵਰੀ ਨੂੰ ਉੱਥੇ ਹੀ ਹਸਾਬ ਲਾਵਾਂਗੇ ਉੱਥੇ ਪਬਲਿਕ ਦੇ ਵਿੱਚ ਬੁਲਾ ਕੇ ਤੇ ਇੰਗਰੇਜ਼ਾਂ ਸਾਹਿਬ ਤੋਂ ਕੋਈ ਦਿੱਕਤ ਨਹੀਂ ਜੀ ਹਸਾਬ ਤਾਂ ਮਾਲਕ ਨੇ ਲੈਣਾ ਹੈ ਜਾਂ ਪਬਲਿਕ ਨੇ ਲੈਣਾ ਹੈ ਇਹ ਇਹ ਹਸਾਬ ਲੈਣ ਵਾਲੇ ਜਾਂ ਹੋਰਾਂ ਵਾਲੇ ਕੌਣ ਹੁੰਦੇ ਆ ਬਾਕੀ ਦੇਣ ਵਾਲੇ ਜਿਹੜੇ ਨਗਰ ਕਾਉਂਸਲ ਦੇ ਵਿੱਚ ਉੱਥੇ ਜੇ ਹੀ ਸਾਹਿਬ ਬੈਠੇ ਆਈਓ ਸਾਹਿਬ ਬੈਠੇ ਆ ਜਿਨ੍ਹਾਂ ਨੇ ਸਰਕਾਰ ਦੀ ਨਿਮਾਇੰਦਗੀ ਕਰਦੇ ਆ ਜਿਹੜੇ ਸਰਕਾਰ ਦੇ ਕੰਮ ਕਰਦੇ ਆ ਸਾਡਾ ਜੇ ਕੋਈ ਉੱਥੇ ਰੋਲ ਹੋਊਗਾ ਜਾਂ ਸਾਨੂੰ ਕੋਈ ਦੇਣਦਾਰੀ ਹੋਊਗੀ ਜਵਾਬਦਾ ਵੀ ਹੋਊਗੀ ਅਸੀਂ ਹਰ ਗੱਲ ਵਾਸਤੇ ਤਿਆਰ ਆ ਔਰ ਕੀ ਕਾਰਨ ਕੀ ਹੈ ਵਟਾਣੂ ਜੀ ਮੇਰੇ ਖਿਆਲ ਦੇ ਵਿੱਚ ਤੁਸੀਂ ਬਜਾਏ ਇਸ ਐਮਸੀਆਂ ਦੇ ਡਿਸਪਿਊਟ ਵਿੱਚ ਪੈਣ ਦੀ ਬਜਾਏ ਜੇ ਤੁਸੀਂ ਲੋਕਾਂ ਦਾ ਪੱਖ ਜਾਣੋ ਵੀ ਲੋਕ ਕਿੰਨੇ ਖੁਸ਼ ਆ ਜਾਂ ਲੋਕ ਕੀ ਚ ਉਹ ਲੋਕਾਂ ਨੇ ਚੁਣਿਆ ਹੈਗਾ ਸੀ ਉਹਨਾਂ ਦੇ ਨੁਮਾਇੰਦੇ ਆ ਤੇ ਲੋਕ ਸਾਨੂੰ ਸਵਾਲ ਕਰਦੇ ਕਿਸ ਗੱਲ ਦਾ ਕਿ ਜਿਹੜਾ ਵਿਕਾਸ ਨਹੀਂ ਹੋਇਆ ਜਾਂ ਜਿਸ ਤਰ੍ਹਾਂ ਹੁਣ ਗੈਸ ਪਾਈਪ ਲਾਈਨ ਦੀ ਗੱਲ ਤੁਸੀਂ ਕੀਤੀ ਹੈ ਉਹਨਾਂ ਨੇ ਕਿਹਾ ਵੀ ਉਹਦੇ ਪੈਸੇ ਵੀ ਕੰਪਨੀ ਨੇ ਭਰੇ ਆ ਪਰ ਉਹਦੀ ਰਿਪੇਅਰ ਨਹੀਂ ਕੀਤੀ ਕਿ ਜਗ੍ਹਾ ਦੀ ਉਹ ਪੈਸੇ ਸਾਡੇ ਤਾਂ ਜਦੋਂ ਭਰੇ ਆ ਜਦੋਂ ਅਸੀਂ ਪ੍ਰਧਾਨ ਨਹੀਂ ਬਣੇ ਉਦੋਂ ਪਹਿਲਾਂ ਦੇ ਭਰੇ ਹੋਏ ਆ ਉਦੋਂ ਉਦੋਂ ਵੀ ਜਿਹੜੀ ਜਿਹੜੀ ਸ਼ਹਿਰ ਦੀ ਲੀਡਰਸ਼ਿਪ ਸੀ ਜਾਂ ਕਹਿ ਲਓ ਸ਼ਹਿਰ ਦੀ ਲੀਡਰੀ ਸੀ ਤਾਂ ਉਹਨਾਂ ਦਾ ਧੜਾ ਹੀ ਕਰਦਾ ਸੀ ਅਸੀਂ ਤਾਂ ਉਦੋਂ ਬਾਅਦ ਨਗਰ ਕੌਂਸਲ ਦੇ ਵਿੱਚ ਆਏ ਆ ਇੱਕ ਪਹਿਲੀ ਵਾਰ ਐਮਸੀ ਲੜੇ ਆ ਉਹ ਵਹਿਤਰ ਜਾਣਦੇ ਆ ਕਿ ਕਿੰਨੇ ਪੈਸ ਦੇਖੋ ਇਹ ਤਾਂ ਪ੍ਰਧਾਨਤਾ ਕੋਈ ਵੀ ਅਗੋਨਿਆਣਾ ਮੰਡੀ ਸਿਸਟਮ ਤੇ ਇੱਕ ਨਹੀਂ ਬਣਦਾ ਹੁਣ ਜੇ ਇੱਕ ਚੀਜ਼ ਨੂੰ ਪੰਜ ਬੰਦੇ ਜਾਂ 6 ਬੰਦੇ ਚਾਹਣਗੇ ਤੇ ਇਹੀ ਕੁਸ਼ੀ ਹੋਣਾ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਜੋ ਲੋਕ ਚਾਹੁੰਦੇ ਨੇ ਜੋ ਸਿਸਟਮ ਚਾਹੁੰਦੇ ਨੇ ਜਿਸ ਦਿਨ ਇਹ ਚੋਣ ਹੋਈ ਹੈ ਇਹ 12 ਦੀ 12 ਐਮਸੀਓਜ਼ ਚੋਣ ਦੇ ਵਿੱਚ ਮੌਜੂਦ ਦੇ ਵਿੱਚ ਸੀਗੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਸਿਸਟਮ ਦੇ ਨਾਲ ਚੋਣ ਹੋਈ ਹੈ ਹੁਣ ਜੇ ਉਹਨਾਂ ਨੂੰ ਅੱਜ ਕਿਸੇ ਗੱਲ ਦੇ ਆ ਕੇ ਇਤਰਾਜ਼ ਆ ਤਾਂ ਉਹਦੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਕੇਸ ਉਹਨਾਂ ਨੇ ਆਪਦੀ ਉਹਨਾਂ ਨੇ ਆਪਦੀ ਪੂਰਾ ਵਾਹ ਲਾ ਲਿਆ ਹਾਈ ਕੋਰਟ ਤੱਕ ਚਲੇ ਗਏ ਹਾਈ ਕੋਰਟ ਨੇ ਵੀ ਉਹਨਾਂ ਦੀ ਜਿਹੜੀ ਰਿਜੈਕਸ਼ਨ ਹੈ ਜਾਂ ਕਹਿ ਲਓ ਉਹਨਾਂ ਦੀ ਗੱਲ ਦੇ ਨਾਲ ਕੋਈ ਸਹਿਮਤੀ ਨਹੀਂ ਦਿੱਤੀ ਔਰ ਕੇਸ ਰੱਦ ਕਰਕੇ ਵਾਪਸ ਭੇਜਤਾ ਹੁਣ ਇਹਦੂ ਅੱਗੇ ਜੇ ਕੋਈ ਹੋਰ ਉਹਨਾਂ ਨੂੰ ਅਦਾਲਤ ਜੱਜਦੀ ਤਾਂ ਉੱਥੇ ਵੀ ਚਲੇ ਜਾ ਜਾ ਸਕਦੇ ਇੱਕ ਉਹਨਾਂ ਦਾ ਸਵਾਲ ਹੈ ਕਿ ਮੁੱਦਾ ਹੈਗਾ ਕਿ ਜਿਹੜੇ ਟੈਂਡਰ ਹੈਗੇ ਆ ਪਹਿਲਾਂ ਤਕਰੀਬਨ 10-12 ਲੱਖ ਦੇ ਜਿਹੜਾ ਟੈਂਡਰ ਸੀ ਉਸ ਨੂੰ ਰੱਦ ਕਰਕੇ ਤੇ ਡਬਲ ਕੀਮਤ ਤੇ ਟੈਂਡਰ ਪਾਈ ਗਈ 10-12 ਲੱਖ ਹਾਂਜੀ ਯਾਨੀ ਕਿ ਕੋਈ ਟੈਂਡਰ ਮੰਨ ਲਓ ਐਗਜ਼ਾਮਪਲ ਫਾਰ ਐਗਜ਼ਾਮਪਲ 12 ਲੱਖ ਦਾ ਹੈਗਾ ਤਾਂ ਉਹਨੂੰ ਕੈਨਸਲ ਕਰਕੇ ਉਹਨੂੰ ਭਾਈ ਜੀ 25 ਲੱਖ ਦਾ ਦੁਬਾਰਾ ਦਿੱਤਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਜੇਕਰ ਕੋਈ ਵੀ ਜਗ੍ਹਾ ਦੇ ਉੱਤੇ ਆਪਾਂ ਕੋਈ ਐਸਟੀਮੇਟ ਲੱਗਦਾ ਹੈ ਔਰ ਲੋਕਾਂ ਦੀ ਸਹੂਲਤ ਦੇ ਮੁਤਾਬਕ ਜੇ ਉੱਥੋਂ ਦੇ ਲੋਕ ਕਿਸੇ ਚੀਜ਼ ਦੀ ਡਿਮਾਂਡ ਕਰਦੇ ਆ ਵੀ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਜੇ ਲੋੜ ਹੁੰਦੀ ਹੈ ਤਾਂ ਉਹਨੂੰ ਰਿਵਾਈਜ਼ ਕੀਤਾ ਜਾ ਸਕਦਾ ਹੈ ਇਹ ਐਸ ਪਰ ਕਾਨੂੰਨ ਐਸ ਪਰ ਸੰਵਿਧਾਨ ਗੱਲਾਂ ਹੁੰਦੀਆਂ ਇਹ ਨਹੀਂ ਹੁੰਦਾ ਕਿ ਸਾਡਾ ਕੋਈ ਆਪਦਾ ਕਰਦਾ ਰਾਜ ਆ ਸੀ ਜੋ ਮਰਜ਼ੀ ਕਰ ਲਈਏ ਜੋ ਸਾਨੂੰ ਮਿਊਸਪਲ ਐਕਟ ਅਲਾਉ ਕਰਦਾ ਹੈ ਉਹਦੇ ਮੁਤਾਬਕ ਹੀ ਕੰਮ ਹੁੰਦੇ ਆ ਢਿੰਗਰਾ ਸਾਹਿਬ ਇੱਕ ਜਿਹੜੇ ਇਲੈਕਸ਼ਨ ਨੇ ਵਿਧਾਨ ਸਭਾ ਦੇ ਐਮ ਐਲ ਏ ਸਾਹਿਬ ਦੇ ਰਿਸ਼ਤੇਦਾਰ ਸਾਥੀ ਨੇ ਤੁਹਾਡੀ ਪਾਰਟੀ ਦੀ ਨੇ ਜੇ ਉਹ ਨਾਰਾਜ਼ ਹੋ ਕੀਤਾ ਉਹ ਜਿਹੜੀ ਹੈਗੀ ਵੋਟਾਂ ਦੇ ਰੂਪ ਦੇ ਵਿੱਚ ਉਹਦੀ ਕੀਮਤ ਸਾਨੂੰ ਤਾਂ ਹਜੇ ਤੱਕ ਇਹ ਹੀ ਨਹੀਂ ਸਮਝ ਆਇਆ ਕਿ ਉਹ ਨਾਰਾਜ਼ਗੀ ਕਿਦੇ ਨਾਲ ਨੇ ਪਹਿਲਾਂ ਉਹ ਦੋ ਤਿੰਨ ਮਹੀਨੇ ਇਹ ਕਹਿੰਦੇ ਰਹੇ ਸਾਡੀ ਨਾਰਾਜ਼ਗੀ ਐ ਐਮਐਲਏ ਨਾਲ ਐ ਫਿਰ ਹੁਣ ਉਹ ਤਿੰਨ ਚਾਰ ਮਹੀਨਿਆਂ ਦੇ ਕਹਿ ਰਹੇ ਸਾਡੀ ਪ੍ਰਧਾਨ ਨਾਲ ਐ ਫਿਰ ਹੁਣ ਮੇਰੇ ਖਿਆਲ ਚ ਆਉਣ ਵਾਲੇ ਟਾਈਮ 'ਚ ਲੋਕਾਂ ਨਾਲ ਵੀ ਕਰਨਗੇ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਉਹਨਾਂ ਦੀ ਨਾਰਾਜ਼ਗੀ ਕਿਦੇ ਨਾਲ ਐ ਪਰ ਸਾਡੇ ਭਰਾ ਨੇ ਅਸੀਂ ਇਕੱਠੇ ਲੜੇ ਆ ਸਾਰੇ ਸਾਡਾ ਕੱਲ ਵੀ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਵਿਵਾਦ ਨਹੀਂ ਸਾਡਾ ਅੱਜ ਵੀ ਕੋਈ ਵਿਵਾਦ ਨਹੀਂ ਜੇ ਉਹ ਪਾਰਟੀ ਦੇ ਨਾਲ ਹਲਕੇ ਜਿਹੜਾ 5 ਤਰੀਕ ਨੂੰ ਉਹਨਾਂ ਨੇ ਰੱਖਿਆ ਹੈਗਾ ਮਹਾਰਾਜਾ ਅਗਰਸੈਨ ਚੌਕ ਦੇ ਵਿੱਚ ਉੱਥੇ ਤੁਹਾਡਾ ਫਿਰ ਕੀ ਤੁਸੀਂ ਜਾ ਕੇ ਉੱਥੇ ਨਹੀਂ ਸਾਡਾ ਤਾਂ ਸਾਡਾ ਉੱਥੇ ਕੀ ਉਹਦੇ ਚ ਹੈਗਾ ਜੇ ਕੋਈ ਉੱਥੇ ਲੋਕ ਜਾਣਗੇ ਪਬਲਿਕ ਜਾਊਗੀ ਕੋਈ ਸਾਨੂੰ ਕੋਈ ਪਬਲਿਕ ਹੋਊਗੀ ਤਾਂ ਅਸੀਂ ਉੱਥੇ ਕਿਸ ਗੱਲ ਦਾ ਜਵਾਬ ਦੇਵਾਂਗੇ ਉਹਨਾਂ ਦੀ ਅਸੀਂ ਕਿਸ ਗੱਲ ਦਾ ਜਵਾਬ ਦੇਣਾ ਜੀ ਸ਼ੁਕਰੀਆ ਹਾਂਜੀ ਇਹ ਸਨ ਨਗਰ ਕੌਂਸਲ ਬੁਨਿਆਣਾ ਮੰਡੀ ਦੇ ਪ੍ਰਧਾਨ ਮਨਮੋਹਨ ਢਿੰਗਰਾ ਤੇ ਇਹਨਾਂ ਦਾ ਆਪਣਾ ਪੱਖ ਰੱਖਿਆ ਹੈਗਾ ਸੋ ਹੁਣ ਇਹ ਤੁਸੀਂ ਦਰਸ਼ਕਾਂ ਨੇ ਤੈਅ ਕਰਨਾ ਹੈ ਜਾਂ ਬੁਨਿਆਣਾ ਮੰਡੀ ਦੇ ਲੋਕਾਂ ਨੇ ਤੈਅ ਕਰਨਾ ਹੈ